ਪਾਉਂਦਾ ਵੇਦ ਵਿੱਚ। ਵੇਦ ਦਾ ਕਰਤਾ ਕਹਿੰਦਾ ਜੇ ਮੂਰਖ ਨੂੰ ਵੇਖਣਾ ਨਾ, ਪਰਖਣਾ ਮੂਰਖ ਨੂੰ, ਤਾਂ ਕਹਿੰਦਾ ਪੰਜ ਨਿਸ਼ਾਨੀਆਂ ਹੈ ਜਿਹਦੇ ਵਿੱਚ ਇੱਕ ਹੋਵੇ ਉਹ ਮੂਰਖ ਹੁੰਦਾ। ਇੱਕ ਹੋਰ ਸਿਆਣੇ ਸੱਜਣ ਸੁਣਦੇ ਹੋ, ਜਿਹੜੀਆਂ ਪੰਜ ਨਿਸ਼ਾਨੀਆਂ ਮੂਰਖ ਦੀਆਂ ਵੇਦ ਵਿੱਚ ਦੱਸੀਆਂ, ਉਹੀ ਪੰਜ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀਆਂ। ਸੇਮ ਬਿਲਕੁਲ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਖ ਦੀਆਂ ਨਿਸ਼ਾਨੀਆਂ ਨਾ ਪੰਜ, ਤੇ ਉਹੀ ਵੇਦ ਵਿੱਚ। ਹੁਣ ਮੈਂ ਵੀ ਤੁਹਾਡੇ ਵਿੱਚ ਕਿਤੇ ਨਾ ਕਿ ਸਾਨੂੰ ਕਹਿੰਦਾ ਸੰਤ, ਤੁਸੀਂ ਵੀ ਤੇ ਮੈਂ ਵੀ ਥੋੜਾ ਜਿਹਾ ਖਿਆਲ ਰੱਖਣਾ ਵੀ ਇਨ ਲਿਸਟ ਨਾ ਹੋ ਜਾਈਏ, ਖਿਆਲ ਰੱਖਣਾ ਕਿ ਆਪਾਂ ਹੀ ਕਿਤੇ ਲਿਸਟ ਵਿੱਚ ਨਾ ਆ ਜਾਈਏ। ਸ਼ਾਸਤਰ ਵੇਦ ਦਾ ਸ਼ਲੋਕ ਹੈ, ਮੂਰਖ ਯਸੇ ਨ ਪੰਚੇ ਨਾਨੰ ਗਰਬੇ ਦੁਰਬਚਨ ਤਥਾ ਹਟਵਾ ਦਸਚੇ ਦਿੜਵਾ ਦਸਚੇ ਪਰਵਾ ਕੇਸ਼ਵਾ ਅਨਾਦਰਨ। ਇਹ ਵੇਦ ਸੁਰਤੀ ਦਾ ਸ਼ਲੋਕ ਹੈ ਭਾਈ। ਵੇਦ ਕਹਿੰਦਾ ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਹਟਵਾ ਦਸਚੇ, ਮੂਰਖ ਯਸੇ ਪੰਚ ਚੇ ਨਾਨੰ, ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ। ਹਟਵਾ ਦਸਚੇ ਗਰਬੇ, ਪਹਿਲੀ ਨਿਸ਼ਾਨੀ ਹੰਕਾਰ ਕਰਨਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਇਹ ਕਿੱਥੇ ਲਿਖਿਆ? ਕਿਸੇ ਨਾ ਵਧੇ ਆਪ ਹੰਕਾਰ, ਆਪਣੇ ਆਪ ਨੂੰ ਕਹਿਣਾ ਬਸ ਮੈਂ। ਤੁਹਾਨੂੰ ਵੀ ਹੋਣਾ, ਮੈਨੂੰ ਵੀ ਹੈਗਾ, ਮੈਨੂੰ ਵੀ ਹੈਗਾ, ਸਾਡੇ ਲਾਣੇ ਨੂੰ ਵੀ ਹੈਗਾ। ਮੈਨੂੰ ਵੀ ਕਿਹੜਾ ਰਾਤ ਨੂੰ ਨੀਂਦ ਆਉਣੀ ਹੈ? ਮੈਂ 15 ਕੁ ਵਾਰ ਸੋਚੂਗਾ, ਹਰਦੇਵ ਸਿੰਘ ਜੇ ਤੂੰ ਨਾ ਜੰਮਦਾ ਕਿਤੇ ਕਮੈਂਟਰੀ ਕਥਾ ਹੋਣੀ ਨੀ, ਇਹ ਤਾਂ ਤੂੰ ਜੰਮਿਆ ਤੇ ਸਵਾਈਆਂ ਦੀ ਕਥਾ ਹੋ ਗਈ, ਤੇ ਕਮੈਂਟਰੀ ਚ ਤੁਹਾਡੇ ਚ ਹੋਣੀ ਹੈ। ਤੇ ਕੋਈ ਨਾ ਕੋਈ ਜਿਹੜਾ ਸਵੇਰੇ ਉੱਠ ਕੇ ਚਾਹ ਨੀ ਪੀਂਦਾ, ਬੁਰਸ਼ ਨੀ ਕਰਦਾ, ਉਹ ਇਹੀ ਸੋਚਦਾ ਜੇ ਕਮੈਂਟਰੀ ਚ ਮੈਂ ਨਾ ਆਉਂਦਾ ਕਮੈਂਟਰੀ ਉਹਨੂੰ ਗਰੇਵ ਏਜੰਟ ਚਲੀ ਜਾਣੀ, ਇੱਥੇ ਇੱਥੇ ਰਹਿਣੀ ਨੀ ਸੀ, ਇਹ ਤਾਂ ਮੈਂ ਇੱਥੇ ਆ ਗਿਆ ਤੇ ਫੜ ਕੇ ਬਿਠਾ ਲਈ। ਟਟੀਰੀ ਵੇਖੀ ਹੈ ਤੁਸੀਂ ਪੰਜਾਬ ਚ? ਇੱਥੇ ਨੀ ਮੈਂ ਵੇਖੀ, ਇੱਥੇ ਘੱਟ ਹੋਣੀ ਹੈ ਟਟੀਰੀਆਂ, ਤੁਸੀਂ ਜਾਣਦੇ ਨੇ, ਸਭ ਨੇ ਵੇਖੀ ਹੈ ਤੁਸੀਂ, ਬਹੁਤ ਆਪਣੇ ਦਾ ਖੇਤਰ ਤੋਂ ਵੀ ਤੁਰੀਆਂ ਫਿਰਦੀਆਂ ਨੇ। ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਦਾ ਵੀ ਟਟੀਰੀ ਕਿਸੇ ਨੇ ਸੁੱਤੀ ਪਈ ਨੀ ਵੇਖੀ ਹੋਣੀ, ਯਾਦ ਕਰ ਲਓ, ਸੁੱਤੀ ਪਈ ਨੀ ਤੁਸੀਂ ਵੇਖੀ ਹੋਣੀ। ਟਟੀਰੀ ਜਦੋਂ ਸੌਂਦੀ ਹੈ ਨਾ, ਇਹ ਸ਼ਾਸਤਰ ਦੇ ਪ੍ਰਮਾਣ ਨੇ, ਗੱਲਾਂ ਨੀ ਤੇ ਪਾਉਣੀਆਂ। ਟਟੀਰੀ ਜਦੋਂ ਸੌਂਦੀ ਹੈ ਨਾ, ਪੁੱਠੀ ਸੌਂਦੀ ਹੈ ਉੱਪਰ ਨੂੰ ਪੈਰ ਕਰਕੇ, ਕਦੇ ਸਿੱਧੀ ਨੀ ਟਟੀਰੀ ਸੌਂਦੀ। ਤੇ ਕੋਲ ਦਾ ਭਾਈਚਾਰਾ ਘੁੱਗੀਆਂ ਘਟਾਰਾ ਆ ਗਏ, ਭੈਣ ਤੂੰ ਸਿੱਧੀ ਪੈ ਜੇ ਕਰ, ਕਿਉਂ ਪੁੱਠੀ ਪੈਣੀ ਹੈ? ਤੂੰ ਪੁੱਠੀ ਪੈਂਦੀ ਕਿਉਂ? ਅਸੀਂ ਵੀ ਤਾਂ ਪੁੱਛਦੇ ਪੈਂਦੇ ਲਓ ਉੱਤਰ ਸੋਇਆ ਉਹ ਟਟੀਰੀ ਦਾ। ਟਟੀਰੀ ਕਹਿੰਦੀ ਮੂਰਖੋ ਤੁਹਾਨੂੰ ਪਤਾ ਹੀ ਨੀ ਮੈਂ ਪੁੱਠੀ ਕਿਉਂ ਪੈਣੀ? ਕਹਿੰਦੇ ਸਾਨੂੰ ਨੀ ਪਤਾ। ਕਹਿੰਦੀ ਮੂਰਖੋ ਆ ਜਿਹੜਾ ਭਗਵਾਨ ਨੇ ਸਮਾਨ ਬਣਾਇਆ ਇਹਦੇ ਵਿੱਚ ਥਮਲਾ ਕੋਈ ਨੀ ਹੈ, ਪਿੱਲਰ ਲਾਇਆ ਹੀ ਨੀ ਭਗਵਾਨ ਨੇ, ਕੋਈ ਥੰਮੀ ਨੀ ਹੈ। ਕਹਿੰਦੀ ਇਹਦਾ ਕੀ ਪਤਾ ਇਹਨੇ ਕਦ ਡਿੱਗ ਪੈਣਾ? ਜਦ ਇਹ ਡਿੱਗੂਗਾ ਮੈਂ ਬੋਚ ਲੈਣਾ ਟੰਗਾ, ਤੇ ਤੁਹਾਨੂੰ ਬਚਾਉਣ ਖਾਤਰ ਪੈਣੀ ਹੈ। ਸਤਨਾਮ ਟਟੀਰੀ, ਜੇ ਕਿਤੇ ਟੁੱਟ ਗਿਆ ਤੇ ਤੁਸੀਂ ਮਰ ਜਾਓਗੇ ਜੇ ਮੈਂ ਪੁੱਠੀ ਨਾ ਪਾਵਾਂ। ਲੈ ਟਟੀਰੀ ਦੀਆਂ ਲੱਤਾਂ ਜੇ 6 ਮਹੀਨੇ ਦਾ ਕੋਈ ਬੱਚਾ ਡਾਂ ਮਾਰੇ ਤੇ ਟੁੱਟ ਜਾਣ, ਰੋਕੀ ਫਿਰਦੀ ਹੈ ਸਮਾਨ ਨੂੰ। ਅਜਖੇ ਰੱਖੋ ਸਤਨਾਮ, ਇਹ ਸਾਡੀ ਬਿਰਤੀ ਹੈ ਗੁਰਮੁਖੋ, ਸਾਡੇ ਮਨ ਨਹੀਂ, ਸਾਡਾ ਜੀਵ ਟਟੀਰੀ ਹੈ, ਉਹ ਤੇਰਾ ਬਸ ਤੇਰੇ ਸਰੀਰ ਨਹੀਂ ਹੈ, ਇਹ ਵੀ ਕਿਸੇ ਦੇ ਬਸ ਚੱਲਦੇ ਆ, ਤੇ ਤੂੰ ਠੇਕਾ ਲਈ ਫਿਰਦਾ ਦੁਨੀਆਂ ਦਾ, ਠੇਕਾ ਲਈ ਫਿਰਦਾ ਤੂੰ ਸੰਸਾਰ ਦਾ। ਗੁਰਸਿੱਖ ਪਿਆਰੇ ਉਹ ਵੀ ਇੰਨਾ ਮਾਣ, ਇਹ ਮੂਰਖਤਾ ਦੀ ਪਹਿਲੀ ਨਿਸ਼ਾਨੀ ਹੈ। ਹਉਮੈ ਗੁਰਮੁਖ ਪਿਆਰੇ ਉਹ ਬਚਿਓ, ਗਰਬੇ ਹੰਕਾਰ ਕਰਨਾ ਇਹ ਪਹਿਲੀ ਨਿਸ਼ਾਨੀ ਮੂਰਖ ਦੀ। ਗਰਬੇ ਦੁਰਬਚਨ ਤਥਾ ਮੂੰਹ ਤੋਂ ਖੋਟੇ ਬਚਨ ਬੋਲਣੇ ਮੂਰਖ ਦੀ ਨਿਸ਼ਾਨੀ। ਪੜ੍ਹੋ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ, ਜਿਹੜਾ ਫਿੱਕਾ ਸ਼ਬਦ ਮੂੰਹ ਤੋਂ ਬੋਲਣਾ ਇਹ ਮੂਰਖ ਦੀ ਦੂਜੀ ਨਿਸ਼ਾਨੀ। ਤੀਜੀ ਨਿਸ਼ਾਨੀ ਕੀ ਹੈ? ਹਠਵਾ ਦਸਚੇ, ਸਾਰਾ ਕਮੈਂਟਰੀ ਦੀ ਸੰਗਤ ਕਹੀ ਜਾਵੇ ਕਿ ਅੱਜ ਫਰਾਈਡੇ, ਮਿੰਤਾ ਕਰੀ ਜਾਵੇ, ਮੰਨ ਜਾ ਭਾਈ ਬਾ ਮੈਂ ਨਹੀਂ ਮੰਨਦਾ, ਜੋ ਮਰਜੀ ਭੈਣਾਂ ਬੀਬੀਆਂ ਮਿੰਤਾ ਕਰਦੀਆਂ, ਕਈ ਵਾਰ ਮਿਲ ਜਾਂਦਾ ਕੋਈ ਮੂਰਖ, ਛਕ ਲਓ ਜੀ ਪ੍ਰਸ਼ਾਦਾ, ਮੰਨ ਜਾਓ ਜੀ ਮੈਂ ਨਹੀਂ ਛਕਦਾ, ਚੱਕ ਕੇ ਥਾਲੀਓ ਵਗਾ ਕੇ ਮਾਰੂ,
ਪੰਜਾਬ ਵਿੱਚ ਤਾਂ ਉਹੀ ਗਰਦ ਜੀ ਝਾੜ ਦਿੰਦੇ ਆ ਅੱਜ ਖੇ ਖੁਸ਼ ਕਹਿੰਦਾ ਮੈਂ ਇੱਥੇ ਜਾ ਰਿਹਾ ਜਿਹੜਾ ਗੌਰਮੈਂਟ ਦਾ ਦੂਜੇ ਦਿਨ ਤਾਕੀ ਥੀ ਦੇਖੂਗਾ ਵੀ ਰੋਟੀ ਪੱਕਣ ਲੱਗੀ ਹੈ ਕਿ ਨਹੀਂ ਫਿਰ ਮੂਰਖ ਹੋਇਆ ਕਿਉਂ ਨੀ ਬਚਨ ਮੰਨਦਾ ਕਿਸੇ ਸਿਆਣੇ ਦਾ ਹਠਵਾ ਦੱਸ ਕੇ ਆਪਣੀ ਗੱਲ ਤੇ ਅੜੇ ਰਹਿਣਾ ਇਹ ਗੁਰਮੁਖ ਪਿਆਰੇ ਉਹ ਮੂਰਖ ਦੀ ਨਿਸ਼ਾਨੀ ਚੌਥੀ ਨਿਸ਼ਾਨੀ ਦ੍ਰਿੜਵਾ ਦੱਸ ਕੇ ਜੇ ਮੂਰਖ ਕਹਿ ਦੇਵੇ ਨਾ ਵੀ ਅੱਜ ਸੰਡੇ ਹੈ ਤਾਂ ਫਰਾਈਡੇ ਨਾ ਲਓ ਸਾਰਾ ਇੰਗਲੈਂਡ ਕਹੀ ਜਾਊਗਾ ਤੇ ਕਹੂਗਾ ਤੁਸੀਂ ਸਾਰੇ ਬੇਵਕੂਫ ਮੈਨੂੰ ਪਤਾ ਵੀ ਐਤਵਾਰ ਆਪਣੇ ਕਹੇ ਤੇ ਇੰਨਾ ਦ੍ਰਿੜ ਕਿ ਮੈਂ ਠੀਕ ਬੋਲਦਾ ਬਾਕੀ ਸਾਰੇ ਗੱਲ ਪੰਜਵੀਂ ਨਿਸ਼ਾਨੀ ਕੀ ਹੈ ਪਰਵਾ ਕੇਸ਼ਵਾ ਨਿਰਾਦਰ ਪਰਾਏ ਦੇ ਬਚਨ ਕਿੰਨੇ ਕੀਮਤੀ ਹੋਣ ਕਿੰਨੇ ਵਿਦਵਤਾ ਭਰੇ ਹੋਣ ਮੂਰਖ ਕਹੂਗਾ ਇਹੋ ਜਿਹੇ 3500 ਫਿਰਦੇ ਹੈ ਇਹਨੂੰ ਆਉਂਦਾ ਕੀ ਹੈ ਪਰਾਏ ਦੇ ਬਚਨਾਂ ਦੀ ਨਿਰਾਦਰੀ ਕਰਨੀ ਇਹ ਮੂਰਖ ਦੀ ਨਿਸ਼ਾਨੀ ਇਹ ਪੈਦਾ ਕਿੱਥੋਂ ਆਉਂਦੀ ਹੈ ਦੇਹਾਂਤਾ ਮੈਂ ਇਹਦਾ ਬੀਜ ਹੈ ਤੇ ਗੁਰਸਿੱਖ ਪਿਆਰੇ ਸਾਠ ਕਠੋਰ ਹਿਰਦਾ ਇਤਨਾ ਲੱਕੜ ਕਠੋਰ ਹੋ ਜਾਂਦਾ ਕਿਸੇ ਤੇ ਦਇਆ ਨਹੀਂ ਕਿਸੇ ਦਾ ਬਚਨ ਉੱਤੇ ਸਮਾਵੇਗਾ ਨਹੀਂ ਕਿਸੇ ਦਾ ਕਹਿਣਾ ਨਹੀਂ ਮੰਨਣਾ ਇਤਨਾ ਕਠੋਰ ਹਿਰਦਾ ਮੂਰਖਮਤੀ ਬਣਾ ਦਿੰਦੀ ਆ ਹੋਵੇ ਕਿ ਕੋਈ ਚੀਜ਼ ਅਸਰੇ ਨਹੀਂ ਕਰਦੀ ਪੱਥਰ ਤੇ ਬੂੰਦ ਪਵੇ ਤੇ ਕੀ ਅਸਰ ਹੋਣਾ ਗੁਰਸਿੱਖ ਪਿਆਰੇ ਜਿੱਥੇ ਹਉਮੈ ਨਾਲ ਸੁੱਕ ਚੁੱਕਿਆ ਹਿਰਦਾ ਉੱਥੇ ਕੀ ਕਿਸੇ ਦੇ ਬਚਨਾਂ ਦਾ ਅਸਰ ਹੋਣਾ ਸਾਠ ਕਠੋਰ ਕੁਚੀਲ ਕਹੀਏ ਗੰਦਪਣਾ ਗੁਰਸਿੱਖ ਪਿਆਰੇ ਅਪਵਿੱਤਰਤਾ ਮੂਰਖ ਹੰਕਾਰ ਇਤਨਾ ਪਵਿੱਤਰ ਕਰ ਦਿੰਦਾ ਜੀਵ ਨੂੰ ਤੁਹਾਨੂੰ ਪਤਾ ਹੀ ਹੈ ਮਹਾਰਾਜ ਦੀ ਬਾਣੀ ਦਾ ਕੀ ਪ੍ਰਮਾਣ ਹੈ ਥਾਉ ਕਥਾਉ ਨਾ ਜਾਣੀ ਮੂਰਖ ਆਪਣੇ ਸਵਾਏ ਇੰਨਾ ਕੁਚੀਲ ਇਤਨਾ ਪਵਿੱਤਰ ਵਿਚਾਰ ਹੋ ਜਾਂਦਾ ਗੰਦਾ ਮੂਰਖ ਦਾ ਉਹ ਇਹ ਵੀ ਨਹੀਂ ਦੇਖਦਾ ਗੁਰਦੁਆਰੇ ਦੀ ਗੋਲਕ ਉਹ ਇਹ ਵੀ ਨਹੀਂ ਵੇਖਦਾ ਮੇਰਾ ਰਿਸ਼ਤਾ ਹੈ ਤਾਂ ਮੇਰੀ ਭੈਣ ਤੇ ਮਾਂ ਵਰਗੀ ਹੈ ਨਹੀਂ ਇਤਨਾ ਕੁਚੀਲਤਾ ਹਉਮੈ ਨੇ ਲਿਆ ਦੇਣੀ ਹੈ ਇਹ ਸਾਡੇ ਨਾਲ ਵਰਤਦੀਆਂ ਚੀਜ਼ਾਂ ਗੁਰਸਿੱਖ ਪਿਆਰਿਓ ਇਹ ਹੰਕਾਰ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਕੁਚੀਲ ਕਹੀਏ ਅਪਵਿੱਤਰ ਵਿਚਾਰਾਂ ਵਿੱਚ ਗੰਧ ਆ ਜਾਣਾ ਵਿਚਾਰ ਨੀਵੇਂ ਹੋ ਜਾਣੇ ਤੇ ਸਤ ਸੰਗਤ ਚੌਥੀ ਗੱਲ ਕੁਗਿਆਨੀ ਮਹਾ ਅਗਿਆਨੀ ਸੁਖਮਨੀ ਸਾਹਿਬ ਪੜ੍ਹਦੇ ਤੁਸੀਂ ਰੋਜ਼ ਬੜੇ ਪਿਆਰ ਨਾਲ ਸੁਣਦੇ ਹੋ ਪਰ ਜੇ ਸੁਖਮਨੀ ਸਾਹਿਬ ਦੀ ਕੋਈ ਗੱਲ ਮੰਨ ਲਓ ਇੰਨੀਓ ਮੰਨ ਲਿਓ ਬਾਰਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਬਸ ਪਾਰ ਉਤਾਰਾ ਹੋ ਜੂ ਪਹਿਲੀ ਪੌੜੀ ਮਹਾਰਾਜ ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ ਜਿਹੜਾ ਮਾਣ ਕਰੇ ਮੈਂ ਕੁਰਸੀ ਤੇ ਬੈਠ ਗਿਆ ਹਾਂ ਮੇਰੇ ਕੋਲ ਸ਼ਕਤੀ ਆ ਗਈ ਰਾਜ ਸ਼ਬਦ ਸ਼ਕਤੀ ਵਾਚਕ ਹੈ ਰਾਜ ਸਤਾ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਆ ਜਾਵੇ ਜਿਹੜਾ ਸ਼ਕਤੀ ਦਾ ਮਾਣ ਕਰੇ ਦੇਖੋ ਫਿਰ ਨਾਲ ਦੀ ਨਾਲ ਨਤੀਜਾ ਸੋ ਨਰਕ ਪਾਤੀ ਗੋਬਤ ਸਵਾਨ ਮਹਾਰਾਜ ਕਹਿੰਦੇ ਕੁੱਤਾ ਹੋਊਗਾ ਅਗਲੇ ਜਨਮ ਵਿੱਚ ਕਿਤੇ ਭੁਲੇਖਾ ਨਾ ਪੈ ਜੇ ਉਹ ਇੰਗਲੈਂਡ ਦਾ ਹੋਊਗਾ ਕੈਨੇਡਾ ਦਾ ਕੁੱਤਾ ਜਿੱਥੇ ਬਿਸਕੁਟ ਖਾਂਦੇ ਫਿਰਦੇ ਇੰਡੀਆ ਸਾਬਣ ਬੰਦਿਆਂ ਨੂੰ ਨੀ ਮਿਲਦਾ ਤੇ ਲਕਸ ਨਾਲ ਨਹਾਉਂਦੇ ਕੁੱਤਾ ਕਿੱਥੇ ਦਾ ਹੋਊਗਾ ਜਿਹੜਾ ਸ਼ਕਤੀ ਦਾ ਮਾਣ ਕਰੂਗਾ ਉਹ ਕੁੱਤਾ ਵੀ ਨਰਕਾਂ ਦੇ ਗੰਧ ਖਾਣ ਵਾਲਾ ਹੋਵੇ ਸੋ ਨਰਕ ਪਾਤੀ ਇਹ ਕੁੱਤੇ ਨੀ ਜਿਹੜੇ ਇੱਥੇ ਫਿਰਦੇ ਸੱਚ ਕਠੋਰ ਕੁਚੀਲ ਕੁਗਿਆਨੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਬੰਤ ਜਿਹੜਾ ਹੱਡ ਚੰਮ ਦਾ ਹੀ ਮਾਣ ਕਰੇ ਮੈਂ ਜਵਾਨ ਹੈ ਮੈਨੂੰ ਹੁਣ ਰੂਪ ਦੇ ਤਾ ਸੁੰਦਰਤਾ ਦੇ ਤੀ ਮੇਰੇ ਵਰਗਾ ਸੁੰਦਰ ਕੋਈ ਨੀ ਮੇਰੇ ਵਰਗਾ ਸੋਹਣਾ ਕੋਈ ਨੀ ਲਓ ਡਿਗਰੀ ਵੇਖ ਲਓ ਕੀ ਮਿਲਣੀ ਹੈ ਪ੍ਰੇਮੀਓ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਕੀੜਾ ਹੋਊਗਾ ਮਹਾਰਾਜ ਕਹਿੰਦੇ ਕੀੜੇ ਤਾਂ ਮਰੂਦਾਂ ਚ ਵੀ ਹੁੰਦੇ ਕੀੜਾ ਤਾਂ ਰੇਸ਼ਮ ਦਾ ਵੀ ਹੁੰਦਾ ਨਹੀਂ ਨਹੀਂ ਕਹਿੰਦੇ ਕੀੜਾ ਵੀ ਗੰਦਗੀ ਦਾ ਹੋਊਗਾ ਜਿਹੜਾ ਹੱਡ ਚੰਮ ਦਾ ਮਾਣ ਕਰੇ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਹੁਣ ਵਾਰੀ ਹੈ ਸਾਡੇ ਲੈਣੇ ਦੀ ਮੇਰੀ ਯਾਰ ਗ੍ਰੰਥੀ ਜੀ ਦੀ
ਹੁਣ ਸਾਡੇ ਭਾਈਚਾਰੇ ਦੀ ਲਾਣੀ ਹੈ। ਆਪਸ ਕੋ ਕਰਮ ਵੰਤ ਕਹਾਵੇ। ਮੈਂ ਪਾਠ ਕਰਦਾ, ਮੈਂ ਕਥਾ ਕਰਦਾ, ਮੈਂ ਤਾਂ ਗਿਆਨੀ ਹੈ, ਮੈਂ ਰਾਜੀ ਹੈ, ਮੈਂ ਠਾਰਾ ਮਾਰਾ ਫੇਰਦਾ, ਮੈਂ ਸੁਗਮਨੀ ਪੜਦਾ, ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ। ਆਪਸ ਕੋ ਕਰਮ ਵੰਤ ਕਹਾਵੇ। ਮਹਾਰਾਜ ਕਹਿੰਦੇ ਕਰੀ ਜਾ ਪਾਠ, ਕਰੀ ਜਾ ਕਥਾ, ਫਰੀ ਜਾ ਗਿਆਨੀ ਬਣਿਆ, ਪੰਡਿਤ ਮਹਾਂਪੁਰਸ਼ ਬ੍ਰਹਮ ਗਿਆਨੀ। ਜੇ ਤੂੰ ਕਹਾਉਣਾ ਕਿ ਮੈਂ ਕਰਦਾ, ਜਨਮ ਮਰੇ ਬਹੁ ਜੋਨ ਪਰਮਾਵੇ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਹੁਣ ਵਾਰੀ ਹੈ ਪ੍ਰੇਮੀਓ ਥੁਆੜੀ, ਹੁਣ ਵਾਰੀ ਹੈ ਜਿਹੜੀ ਅੱਜ ਤੁਕ ਆਈ ਹੈ। ਕਾਚੀ ਦੇ ਮੋਹ ਫੁਨ ਬਾਂਧੀ, ਸੱਚ ਕੁਠੀ ਕਠੋਰ ਕੁਚੀਲ ਕੁ ਗਿਆਨੀ। ਹੁਣ ਵਾਰੀ ਹੈ ਤੁਹਾਡੀ। ਧਨ ਭੂਮ ਕਾ ਜੋ ਕਰੇ ਗੁਮਾਨ, ਇੰਨੀਆਂ ਕੋਠੀਆਂ, ਇੰਨੀ ਜ਼ਮੀਨ, ਇੰਨਾ ਬੈਂਕ ਬੈਲੈਂਸ, ਇੰਨੀਆਂ ਕਾਰਾਂ, ਇੰਨੀਆਂ ਫੈਕਟਰੀਆਂ, ਇੰਨੇ ਪੁੱਤਰ ਧੀ, ਇੰਨਾ ਕੁਝ ਇਕੱਠਾ ਕਰ ਲਿਆ। ਜਿਹੜਾ ਇਹਨਾਂ ਦਾ ਮਾਣ ਕਰੂਗਾ, ਉਹਨੂੰ ਫਿਰ 3 ਡਿਗਰੀਆਂ ਜਿਵੇਂ ਇੱਥੇ ਇਕੱਠੀਆਂ ਦਿੱਤੀਆਂ, 60 ਕਠੋਰ ਕੁਚੀਲ ਕੁ ਗਿਆਨੀ, ਉੱਥੇ ਵੀ ਇਕੱਠੀਆਂ ਹੀ 12ਵੀਂ ਅਸ਼ਟਪਦੀ ਵਿੱਚ। ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਇੱਥੇ ਵੀ ਉਹੀ ਸ਼ਬਦ ਨੇ, ਸੱਚ ਕਠੋਰ ਕੁਚੀਲ ਕੋ ਗਿਆਨੀ। ਜਿਹੜਾ ਧਨ ਭੂਮ ਦਾ ਮਾਣ ਕਰੂਗਾ, ਮਾਇਆ ਦੌਲਤ ਪ੍ਰੋਪਰਟੀ ਦਾ, ਮਹਾਰਾਜ ਕਹਿੰਦੇ ਅੰਨਾ ਹੈ। ਅੰਨਾ ਕਿਉਂ ਕਹੇ? ਜਾਂਦੇ ਦਿਖਦੇ ਨੇ, ਤੂੰ ਕਹਿੰਦੇ ਮੇਰੀ ਹੈ, ਉਹ ਖਾਲੀ ਹੱਥ ਤੁਰ ਗਏ, ਕੋਸਾ ਤਰ੍ਹਾਂ ਫਿਰ ਨਹੀਂ ਹੋਇਆ। ਜੇ ਤੇਰੇ ਸਾਹਮਣੇ ਕੋਈ ਲਿਜਾਇ ਨਹੀਂ ਰਿਹਾ ਤੇ ਤੂੰ ਕਹਿੰਦੇ ਮੇਰੀ ਹੈ। ਬਚਨ ਬਾਣੀ ਵਿੱਚ ਵੀ ਇਹੀ ਆਇਆ ਪ੍ਰੇਮੀਓ, ਬਾਣੀ ਵਿੱਚ ਵੀ ਉਪਜੈ ਨਿਪਜੈ ਨਿਪਜ ਸਮਾਈ। ਇਹ 3 ਗੱਲਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਨੇ। ਬੱਚਾ ਅੱਖਾਂ ਦੇ ਸਾਹਮਣੇ ਜੰਮਦਾ, ਅੱਖਾਂ ਦੇ ਸਾਹਮਣੇ ਵੱਡਾ ਡਿਵੈਲਪ ਹੁੰਦਾ ਉਹ, ਤੇ ਅੱਖਾਂ ਦੇ ਸਾਹਮਣੇ ਤੁਰਦੇ ਆ। ਫਿਊਨਰ ਨੂੰ ਆਪਾਂ ਹੀ ਲੈ ਕੇ ਜਾਂਦੇ ਹਾਂ। ਇਹ ਗੱਲਾਂ ਅੱਖਾਂ ਦੇ ਸਾਹਮਣੇ ਹੋ ਰਹੀ, ਲੁਕਵੀਂ ਗੱਲ ਨੀ। ਉਪਜੈ ਨਿਪਜੈ ਨਿਪਜ ਸਮਾਈ, ਨੈਣੇ ਦੇਖਤ ਇਹੋ ਜਗ ਜਾਇ। ਅੱਖਾਂ ਦੇ ਸਾਹਮਣੇ ਖਾਲੀ ਜਾ ਰਹੇ ਨੇ ਨਾ। ਤੇ ਗੁਰੂ ਨਾਨਕ ਨੇ ਤਾਂ ਇੱਥੇ ਤੱਕ ਬਚਨ ਕੀਤਾ ਸੀ, ਉਹ 40 ਗੰਜ ਜੋੜੇ ਹੋ ਨਾ ਰੱਖਿਓ ਇਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। 40 ਗੰਜ ਮਾਇਆ ਦੇ, ਪਰ ਜਿੱਦਣ ਮਰਿਆ, ਮਰਨ ਲੱਗੇ ਕੋ ਕਾਜੀ ਆ ਗਏ। ਮੁਸਲਮਾਨ ਵੀਰਾਂ ਦੀ ਇੱਕ ਸ਼ਰਹ, ਜਦ ਕੋਈ ਮਰਦੇ ਨਾ ਉੱਥੇ ਇੱਕ ਨਿਵਾਜ ਪੜ੍ਹਦੇ ਨੇ, ਉਸ ਨਿਵਾਜ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤਕਬੀਰ, ਚੂ ਸ਼ਬਦ ਤਕਬੀਰ। ਇੱਕ ਨਿਵਾਜ ਦਾ ਨਾਮ ਹੈ ਜਿਹੜੀ ਮਰਨ ਸਮੇਂ ਪੜ੍ਹਦੇ ਨੇ ਕਾਜੀ ਕੋਲ ਆ ਕੇ। ਤੇ ਗੁਰਸਿੱਖ ਪਿਆਰੇ, ਉਹ ਕਾਜੀ ਪੜ੍ਹਨ ਲੱਗੇ ਨਿਵਾਜ, ਉਹ ਮਰਦਾ ਸੀ ਤੇ ਕਾਰੋਬਾਰ ਸ਼ਕਲ ਬੰਦ ਕਰੋ ਨਿਵਾਜ। ਕਾਜੀ ਕਹਿੰਦੇ ਕਿਉਂ? ਕਹਿੰਦਾ ਜਿਹਦਾ ਜਿਉਂਦੇ ਤੇ ਅਸਰ ਨਹੀਂ ਹੋਇਆ, ਹੁਣ ਕੀ ਅਸਰ ਹੋਊਗਾ? ਬਥੇਰੀਆਂ ਨਵਾਜਾਂ ਤੁਹਾਡੀਆਂ ਸੁਣੀਆਂ, ਤੇ ਮੈਂ ਤਾਂ ਨੁਕਤਾ ਚ ਨਹੀਂ ਕਰਦਾ। ਕੋਈ ਐਵੇਂ ਪ੍ਰੇਮੀ ਗਲਤ ਸਮਝੇ, ਆਪਣੇ ਵਿੱਚ ਵੀ ਰਿਵਾਜ ਹੈ, ਕਰਿਆ ਕਰੋ, ਚੰਗੀ ਗੱਲ ਹੈ। ਜਦ ਕੋਈ ਚੜ੍ਹਾਈ ਕਰਦਾ ਉਹਦੇ ਕੋਲ ਕਹਿੰਦੇ ਸੁਖਮਨੀ ਫੜੋ, ਵੀ ਜਦ ਚੰਗਾ ਭਲਾ ਫਿਰਦਾ ਤਾਂ ਜਗ ਸੁਖਮਨੀ ਅਮਰੀਕਾ ਗਈ ਵੀ ਤੀ ਨਾ। ਜਦ ਪਾਸਪੋਰਟ ਨੀ ਬਣਿਆ ਸੁਖਮਨੀ ਪੜ੍ਹਨ ਦਾ, ਜਦ ਕੋਈ ਮਰਨ ਲੱਗਦਾ ਕਹਿੰਦੇ ਹੁਣ ਜਪਜੀ ਸੁਣਾਓ ਇਹਨੂੰ। ਅੱਛਾ ਹੁਣ ਤੁਸੀਂ ਸਿਆਣੇ ਹੋ, ਇਮਾਨਦਾਰ, ਜਦ ਕੋਈ ਮਰਦਾ ਹੋਵੇ ਜਿਹੜਾ ਪੜ੍ਹਨ ਵਾਲਾ ਉਹਦਾ ਮਨ ਟਿਕਿਆ ਹੋਊਗਾ, ਉਹਨੂੰ ਤਾਂ ਯਾਦ ਆਉਂਦਾ ਹੋਣਾ ਵੀ ਇਹ ਕੰਮ ਮੇਰੇ ਨਾਲ ਵੀ ਹੋਣਾ। ਸਤਨਾਮ ਫਸ ਗਏ ਦੋਵੇਂ ਵਿਚਾਰੇ, ਦੋਵੇਂ ਫਸ ਗਏ ਮੌਕੇ ਚ। ਉਹ ਜਪਜੀ ਪੜ੍ਹਨੀ ਹੈ, ਚੰਗੇ ਭਲੇ ਪੜ੍ਹੋ, ਪਹਿਲਾਂ ਸਮਾਂ ਨੀ ਮਿਲਿਆ ਜਪਜੀ ਸਾਹਿਬ ਪੜ੍ਹਨ ਦਾ। ਕਾਰੋਬਾਰ ਸ਼ਕਲ ਕਰੋ ਬੰਦ, ਮੈਨੂੰ ਨੀ ਨਵਾਜਾਂ ਦੀ ਲੋੜ। ਤੇ ਥੋੜੀਆਂ ਨਵਾਜਾਂ ਨੇ ਸਾਰੀ ਜ਼ਿੰਦਗੀ ਕੱਖ ਨੀ ਕਰਿਆ, ਤੇ ਹੁਣ ਮਰਨ ਲੱਗੇ ਨੂੰ ਕੀ ਕਰਨਗੀਆਂ? ਉਹ ਕਹਿੰਦਾ ਮੇਰਾ ਆਰਡਰ ਸੁਣੋ, ਹੁਕਮ। ਹੁਕਮ ਕੀ ਕੀਤਾ ਸੀ? ਕਹਿੰਦਾ ਜਦੋਂ ਮੇਰਾ ਜਨਾਜ਼ਾ ਕੱਢੋਗੇ, ਮੇਰੇ ਹੱਥ ਦੋਵੇਂ ਖੱਫਣ ਤੋਂ ਬਾਹਰ ਰੱਖਿਓ। ਕਾਜੀ ਕਹਿੰਦੇ ਨਹੀਂ ਹੋ ਸਕਦਾ, ਤੁਹਾਨੂੰ ਪਤਾ ਹੀ ਹੈ ਮੁਸਲਮਾਨੀ ਸ਼ਰ੍ਹਾ ਦੇ ਵਿੱਚ ਜਦੋਂ ਨਿਵਾਜ ਪੜ੍ਹਨੀ ਹੈ ਉਦੋਂ ਝੱਗਾ ਪੂਰੀ ਬਾਂਹਦਾ ਹੋਣਾ ਚਾਹੀਦਾ, ਉਦੋਂ ਧੋਤੀ ਆ ਪਜਾਮਾ, ਗੋਡਾ ਵੀ ਨੰਗਾ ਨਹੀਂ ਹੋਣਾ ਚਾਹੀਦਾ, ਕੂਹਣੀ ਨੰਗੀ ਨਹੀਂ ਹੋਣੀ ਚਾਹੀਦੀ।
ਇੱਥੇ ਦੇਖਦੇ ਹੋ ਮੁਸਲਮਾਨ ਭੈਣਾਂ ਨੂੰ ਬੀਬੀਓ ਤੁਸੀਂ ਸੁਣ ਜਾ ਕਿਰਪਾ ਕਰਿਆ ਕਰੋ ਚੁੰਨੀਆਂ ਚੰਨੀਆਂ ਰੱਖਿਆ ਕਰੋ ਦੇਖੋ ਕਿੰਨੀਆਂ ਸ਼ਰ੍ਹਾਂ ਚ ਪੱਕੀਆਂ ਨੇ ਲੜਕੀਆਂ ਪੜ੍ਹਦੀਆਂ ਕਾਲਜ ਵਿੱਚ ਕਦੇ ਸਿਰ ਨੰਗਾ ਨਹੀਂ ਹੋ ਕਿਤੇ ਜਾਣ ਬਾਜ਼ਾਰ ਵਿੱਚ ਕਦੇ ਸਿਰ ਨੰਗਾ ਨਹੀਂ ਕਿਸੇ ਮੁਸਲਮਾਨ ਭੈਣ ਦਾ ਵੇਖੋਗੇ ਤੁਸੀਂ ਇਹ ਸਾਡੀਆਂ ਬੀਬੀਆਂ ਦਾ ਢਕਿਆ ਨੀ ਦਿਖਦਾ ਦੋਵਾਂ ਓਪੋਜਿਟ ਖੜੇ ਨੇ ਪੂਰਬ ਪੱਛਮ ਤੇ ਗੁਰਸਿੱਖ ਪਿਆਰਿਓ ਬਹਿਣੋ ਬੀਬੀਓ ਆਪਣੇ ਵਿਰਸੇ ਨਾਲ ਜੁੜ ਕੇ ਰਹੋ ਸਿਰ ਨੰਗੇ ਦਾ ਅਰਥ ਪਤਾ ਤੁਹਾਨੂੰ ਮੈਥੋਂ ਕਾਹਨੂੰ ਕਹੋ ਨਹੀਂ ਸਿਰ ਨੰਗਾ ਸਾਡੀ ਸਭਿਅਤਾ ਦੇ ਵਿੱਚ ਉਹਦਾ ਅਰਥ ਹੈ ਜਿਹਦਾ ਪਤੀ ਨਾ ਹੋਵੇ ਉਹਨੂੰ ਭੈਣਾਂ ਬੀਬੀਆਂ ਮਾਵਾਂ ਕਹਿੰਦੀਆਂ ਸੀ ਇਹ ਸਿਰ ਨੰਗਾ ਹੈ ਤੇ ਆਪਾਂ ਕਿੱਥੇ ਪੁੱਜ ਗਏ ਭੈਣੋ ਬੀਬੀਓ ਬਾਈ ਜੀ ਇੱਥੇ ਵੀ ਤੁਹਾਡੀ ਕਿਰਪਾ ਹੈ ਮੈਨੂੰ ਪਤਾ ਹੈ ਵੀ ਜੁੱਤੀ ਪਾਉਂਦਿਆਂ ਦੀ ਚੁੰਨੀ ਕਿਤੇ ਤੇ ਆਪ ਕਿਤੇ ਕੁਛ ਨਾ ਕਿਉਂ ਇੱਥੇ ਜਦੋਂ ਹੁਕਮ ਹੈ ਤੁਹਾਨੂੰ ਬਾਹਰ ਕਿਹੜਾ ਹੁਕਮ ਨਹੀਂ ਹੈ ਗੁਰਸਿੱਖ ਪਿਆਰਿਆ ਇੱਕ ਸਾਡੇ ਗੁਰਦੁਆਰਿਆਂ ਵਿੱਚ ਬਹੁਤ ਕੰਮ ਹੋ ਗਿਆ ਬੂੜੇ ਬੋਰਡ ਲਾਤਾ ਅਗਰ ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਮੰਨੇ ਵੀ ਹੋਟਲ ਵਿੱਚ ਜਿੰਨੀ ਮਰਜ਼ੀ ਪੀ ਲੇ ਕਰ ਅੱਜ ਖੇ ਕੋ ਸਤਨਾਮ ਛੁੱਟੀ ਤਾਂ ਅਸੀਂ ਆਪ ਦਿੱਤੀ ਵੀ ਇੱਥੇ ਨਾ ਪੀ ਬੈਂਕ ਡਾਲ ਵਿੱਚ ਲਾ ਲੇ ਕਰ ਗੱਪੇ ਉਹ ਸ਼ਰਾਬ ਪੀਣੀ ਅਲਾਊਡ ਕਿੱਥੇ ਹੈ ਸਿੱਖ ਨੂੰ ਕੀ ਗੁਰਦੁਆਰੇ ਵਿੱਚ ਬੰਦ ਹੈ ਦੇਖੋ ਕਿੰਨਾ ਲੈਕਸ ਤਾਂ ਅਸੀਂ ਆਪ ਦਿੱਤੀ ਹੈ ਵੀ ਗੁਰਦੁਆਰੇ ਨਹੀਂ ਬਾਹਰ ਜੋ ਮਰਜ਼ੀ ਕਰ ਅਗਰ ਨੰਗੇ ਸਿਰ ਗੁਰਦੁਆਰੇ ਨਹੀਂ ਆਉਣਾ ਵੀ ਬਾਹਰ ਫਿਰੋ ਨੰਗੇ ਸਿਰ ਫਿਰਨਾ ਸਿੱਖ ਨੂੰ ਕਿਤੇ ਵੀ ਅਲਾਊਡ ਨਹੀਂ ਹੈ ਕਿਤੇ ਵੀ ਇਜਾਜ਼ਤ ਨਹੀਂ ਹੈ ਤੇ ਅਸੀਂ ਗੁਰਸਿੱਖ ਪਿਆਰੇ ਕਿੱਥੇ ਮੈਂ 86 ਵੀ ਜਥਾ ਲੈ ਕੇ ਗਿਆ ਅੰਮ੍ਰਿਤਸਰ ਤੋਂ 2500 ਬੰਦਾ ਸੀ ਦਰਸ਼ਨ ਕਰਨ ਨਨਕਾਣੇ ਸਾਹਿਬ ਮੈਨੂੰ ਐਵੇਂ ਜਥੇਦਾਰੀ ਦਾ ਫੱਟਾ ਜਾ ਦੇ ਤਾ ਸ਼੍ਰੋਮਣੀ ਕਮੇਟੀ ਨੇ ਪਰ ਮੈਂ ਤਾਂ ਆਨੰਦੇ ਬਹੁਤ ਹੋਇਆ ਉੱਥੇ ਜਾ ਕੇ ਮੈਂ ਤਾਂ ਗਿਆ ਸੀ ਕਿਸੇ ਖੋਜ ਖਾਤਰ ਕਿਉਂਕਿ ਇਤਿਹਾਸ ਦੇ ਤਿੰਨ ਪਹਿਲੂ ਨੇ ਇੱਕ ਰਿਟਨ ਮਿਲਦਾ ਇੱਕ ਨਿਸ਼ਾਨੀਆਂ ਤੋਂ ਮਿਲਦਾ ਹੁੰਦਾ ਪੁਰਾਤਨ ਜਿਹੜੀਆਂ ਨਿਸ਼ਾਨੀਆਂ ਨੇ ਇੱਕ ਸੀਨੇ ਪਸੀਨੇ ਮਿਲਦਾ ਹੁੰਦਾ ਇਤਿਹਾਸ ਨਾ ਤਾਂ ਸਾਰਾ ਇਤਿਹਾਸ ਲਿਖਿਆ ਜਾ ਸਕਦਾ ਨਾ ਸਾਰੇ ਇਤਿਹਾਸ ਦੀਆਂ ਸਾਈਨ ਸਾਨੂੰ ਮਿਲ ਸਕਦੀਆਂ ਨੇ ਨਾ ਸਾਰਾ ਇਤਿਹਾਸ ਜ਼ਬਾਨੀ ਯਾਦ ਹੁੰਦਾ ਤੇ ਮੈਂ ਤਾਂ ਕੁਝ ਪੰਜ ਚਾਰ ਗੱਲਾਂ ਸੀ ਗੁਰੂ ਨਾਨਕ ਪਾਤਸ਼ਾਹ ਦੀਆਂ ਕਿਉਂਕਿ ਦਾਸ ਵੰਡ ਦੀ ਰਿਸਰਚ ਬੋਰਡ ਦਾ ਵੀ ਮੈਂਬਰ ਹੈ ਗੁਰਸਿੱਖ ਪਿਆਰੇ ਉਹਨਾਂ ਬਾਬਤ ਮੈਂ ਤਾਂ ਪਤਾ ਕਰਨ ਜਾਣਾ ਸੀ ਤੇ ਮੈਂ ਉੱਥੋਂ ਜ਼ਿਆ ਉਲ ਹੱਕ ਉਦੋਂ ਪ੍ਰੈਜ਼ੀਡੈਂਟ ਹੁੰਦੇ ਸੀ ਬਹੁਤ ਉਹਨਾਂ ਦਾ ਪਿਆਰ ਸੀ ਪੰਜਾਬੀਆਂ ਦੇ ਨਾਲ ਕਿਉਂਕਿ ਜਲੰਧਰ ਦੇ ਸੀ ਨਾ ਤਾਂ ਗੁਰਸਿੱਖ ਪਿਆਰਿਓ ਮੈਨੂੰ ਉਹ ਕਹਿੰਦੇ ਵੀ ਦੱਸੋ ਜੀ ਤੁਹਾਨੂੰ ਸਭ ਤੋਂ ਵੱਧ ਅਸੀਂ ਕੀ ਸੇਵਾ ਕਰ ਸਕਦੇ ਹਾਂ ਮਹਿਮੂਦ ਇਹ ਉਹ ਪ੍ਰੈਜ਼ੀਡੈਂਟ ਹਨ ਉਹ ਸਾਡੇ ਨਾਲ ਰਿਹਾ ਸੀ ਵਕਫ ਬੋਰਡ ਦਾ ਮਹਿਮੂਦ ਬਹੁਤ ਚੰਗਾ ਗੁਰਮੁਖ ਬੰਦਾ ਉਹ ਸਾਰਾ ਇੰਤਜ਼ਾਮ ਕਰਦਾ ਮੈਂ ਕਿਹਾ ਮੇਰੀ ਤਾਂ ਇੱਕੋ ਇੱਛਾ ਹੈ ਵੀ ਜਿੰਨੇ 100 ਤੋਂ ਉੱਪਰ ਤੁਹਾਡੇ ਕਾਜ਼ੀ ਨੇ ਨਾ ਉਹਨਾਂ ਨੂੰ ਮੈਨੂੰ ਮਿਲਾਓ ਚਾਹੇ ਜਿੱਥੇ ਵੀ ਮਿਲੇ ਸੋ 18 ਦਿਨ ਅਸੀਂ ਰਾਵਲ ਪਿੰਡੀ ਸਰਗੋਧਾ ਗੁਜਰਾਂਵਾਲਾ ਲਾਹੌਰ ਹਸਨ ਮਦਾਨ ਨਨਕਾਣਾ ਸਾਹਿਬ ਤਾਂ ਜਾਣਾ ਹੀ ਸੀ ਗੁਰਸਿੱਖ ਪਿਆਰੇ ਸਾਰੇ ਪਾਕਿਸਤਾਨ ਦਾ ਟੂਰ ਕੀਤਾ ਯੂਨੀਵਰਸਿਟੀਆਂ ਕਾਲਜ ਇੰਸਟੀਚਿਊਸ਼ਨ ਉਹਨਾਂ ਦੇ ਪਰ ਬੀਬੀਓ 18 ਦਿਨ ਵਿੱਚ ਇੱਕ ਭੈਣ ਸਾਰੇ ਪਾਕਿਸਤਾਨ ਵਿੱਚ ਨੰਗੇ ਸਿਰ ਵਾਲੀ ਨਹੀਂ ਇੰਨੀ ਸ਼ਰਾਬ ਇੰਨਾ ਧਰਮ ਸੋ ਤੁਹਾਡੇ ਚਰਨਾਂ ਵਿੱਚ ਕੱਲਾ ਬੀਬੀਆਂ ਨੂੰ ਨਹੀਂ ਤੁਹਾਨੂੰ ਵੀ ਭਾਈ ਸੁਭਾਅ ਬਣਾਓ ਆਦਤ ਬਣਾਓ ਆਪਣੇ ਵਿਰਸੇ ਨੂੰ ਸਾਂਭਣ ਦੀ ਨੰਗਾ ਸਿਰ ਨਹੀਂ ਆਓ ਆਪਣੀ ਵਿਚਾਰ ਤੇ ਸੱਚ ਕਠੋਰ ਕੁਚੀਲ ਕੋ ਗਿਆਨੀ ਜਿਸ ਕਾ ਅੰਤਰ ਰਾਜ ਬਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨ ਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬੋ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਜਦ ਕਾਰੂ ਬਾਦਸ਼ਾਹ ਨੇ ਆਖਿਆ ਮੇਰਾ ਜਨਾਜਾ ਮੇਰੇ ਹੱਥ ਨੰਗੇ ਰੱਖਿਓ ਇਹ ਸ਼ਰ੍ਹਾਂ ਵਿੱਚ ਨੰਗਾ ਰੱਖਣਾ ਅਸੂਲ ਨਹੀਂ ਹੈ ਉਹ ਕਹਿੰਦੇ ਨਹੀਂ ਨੰਗੇ ਰੱਖਾਂਗੇ ਅਸੀਂ ਸਾਡਾ ਅਸੂਲ ਹੈ ਤੇਰਾ ਸਾਰਾ ਸਰੀਰ ਢੱਕ ਜਾਵਾਂਗੇ ਉਹ ਕਹਿੰਦਾ ਮੈਂ ਅਜੇ ਜਿਉਣਾ ਬਾਦਸ਼ਾਹ ਵਜ਼ੀਰ ਨੂੰ ਕਹਿੰਦਾ ਮੇਰਾ ਹੁਕਮ ਹੈ ਮੇਰੇ ਹੱਥ ਨੰਗੇ ਲਜਾਇਓ ਕਾਜੀ ਪੁੱਛਦੇ ਕਾਰਨ ਤਾਂ ਦੱਸ ਕਾਰਨ ਕਹਿੰਦਾ ਇਹ ਹੈ ਮੇਰੇ ਜਨਾਜੇ ਨੂੰ ਲੱਖਾਂ ਲੋਕਾਂ ਨੇ ਵੇਖਣਾ ਕਿ ਬਾਦਸ਼ਾਹ ਦਾ ਜਨਾਜਾ ਹੈ ਕਾਰੂ ਬਾਦਸ਼ਾਹ ਕਹਿੰਦਾ ਉਹਨਾਂ ਨੂੰ ਕੁਛ ਮੱਤ ਆ ਜੂਗੀ ਵੀ 40 ਗੰਜ ਜੋੜਨ ਵਾਲਾ ਖਾਲੀ ਹੱਥ ਜਾ ਰਿਹਾ ਹੈ 40 ਗੰਜ ਜੋੜੇ ਉਹਨਾਂ ਰੱਖੇ ਇਮਾਨ ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ ਇਹ ਤਾਂ ਮਾਇਆ ਕੀ ਹੈ ਚੱਲ ਉੜਦੇ ਕਬੂਤਰ ਜਨਾਵਰ ਕੀ ਛਾਓ
ਇਹ ਤਾਂ ਜਾਨਵਰ ਦੀ ਛਾਂ ਏ, ਜਾਨਵਰ ਦੀ ਛਾਂ ਹੇਠ ਮੰਜਾ ਡਾ ਕੇ ਆਰਾਮ ਕਰ ਲੈਂਦਾ ਕਿਤੇ ਤੂੰ, ਕਿਤੇ ਜਾਨਵਰ ਦੀ ਛਾਂ ਤੈਨੂੰ ਮੀਂਹ ਤੋਂ ਬਚਾ ਦੂਗੀ? ਇਹ ਤਾਂ ਦੇਖਣ ਖਾਤਰ ਹੁੰਦੀ ਹੈ, ਉਪਜੇ ਨਿਪਜੇ ਨਿਪਜ ਸਮਾਈ, ਨੈਨੇ ਦੇਖ ਕੇ ਜਗ ਜਾਈ, ਸਾਡੇ ਸਾਹਮਣੇ ਜਾ ਰਹੇ ਨੇ ਖਾਲੀ ਹੱਥ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਦਸਮ ਪਾਤਸ਼ਾਹ ਦਾ ਹੁਕਮ ਹੈ, ਪਰ ਸਾਡੀ ਮੂਰਖਮਤੀ ਕੀ ਹੈ? ਲਾਜ ਨਾ ਮਰੋ, ਕਹੋ ਘਰ ਮੇਰਾ। ਉਹ ਤੇਰਾ ਗੁਆਂਢੀ ਜਿਹੜਾ ਕਹਿੰਦਾ ਸੀ ਕੋਠੀ ਮੇਰੀ ਹੈ, ਉਹ ਛੱਡ ਕੇ ਤੁਰ ਗਿਆ, ਤੇ ਤੂੰ ਫੇਰ ਕਹੀ ਜਾਂਦਾ ਘਰ ਮੇਰਾ ਹੀ ਹੈ। ਸਤਨਾਮ ਕਹਿਣਾ ਜਾ ਬਚਨ ਕੇ ਲਾਜ ਨਾ ਮਰੋ, ਸ਼ਰਮ ਨਾਲ ਮਰ ਕਿਉਂ ਨੀ ਜਾਂਦਾ? ਤੇਰੇ ਸਾਹਮਣੇ ਲੱਖਾਂ ਚਲੇ ਗਏ, ਮੇਰਾ ਕਹਿਣ ਵਾਲੇ ਕੋਈ ਚੀਜ਼ ਨਾਲ ਨੀ ਗਈ, ਤੇ ਫੇਰ ਤੂੰ ਕਹੀ ਜਾਂਦਾ ਘਰ ਮੇਰਾ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਤੇ ਅਰਦਾਸ ਕਰਦਿਆ ਕਰੋ ਕਦੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਦੇਣੇ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾ। ਇੱਥੇ ਸਮਝਣਾ ਸਿੱਖੀ ਨੂੰ, ਸਰੀਰ ਤੇ ਕੱਪੜੇ ਚੰਗੇ ਪਾਓ, ਕੋਠੀਆਂ ਚੰਗੀਆਂ ਬਣਾਓ, ਕਾਰ ਵਧੀਆ ਤੇ ਵਧੀਆ ਲਾਓ, ਪ੍ਰਸ਼ਾਦਾ ਪਾਣੀ ਚੰਗਾ ਛਕੋ, ਸਟੇਟਸ ਆਫ ਲਾਈਫ ਉੱਚਾ ਕਰੋ, ਹਾਇਰ ਐਜੂਕੇਸ਼ਨ ਲਾਓ। ਇਹਨਾਂ ਗੱਲਾਂ ਤੋਂ ਨਹੀਂ ਹਟਾਇਆ, ਪਰ ਤੂੰ ਆਪਣਾ ਮਨ ਨਹੀਂ ਮਾਰ। ਸਿੱਖ ਨੂੰ ਤਨ ਦੀ ਗਰੀਬੀ ਨਹੀਂ ਦਿੱਤੀ। ਇਹ ਵੀ ਪਖੰਡਵਾਦ ਹੈ ਕਿ ਵੀ ਪਾਟੇ ਕੱਪੜੇ ਪਾਓ, ਸਾਦੇ ਕੱਪੜੇ ਪਾਓ, ਫਲਾਣਾ ਕਰੋ। ਸਿੱਖ ਦਾ ਮਨ ਨੀਵਾਂ ਰੱਖਣਾ ਹੈ। ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ। ਤਨ ਦੀ ਗਰੀਬੀ ਨਹੀਂ, ਹਿਰਦੇ ਕੇ ਹੈ। ਕਰ ਕਿਰਪਾ ਜਿਸ ਕਹਿ ਹਿਰਦੈ, ਤੇ ਉਹਨੂੰ ਲੱਭੂਗਾ ਕੀ ਗੁਰਮੁਖੋ? ਹੈਰਾਨ ਹੋ ਜਾਓਗੇ ਸੁਣ ਕੇ, ਹੈਰਾਨ ਜਨਕ ਸ਼ਬਦ ਕੀ ਮਿਲੂਗਾ? ਨਾਨਕ ਇਹਾਂ ਮੁਕਤ। ਵਿਰੋਧਾਭਾਸ ਹੈ, ਮੁਕਤੀ ਤਾਂ ਗਾਂ ਜਾ ਕੇ ਹੋਣੀ ਹੈ, ਤੇ ਸੁੱਖ ਇੱਥੇ ਮਿਲਣੇ ਹੈ। ਆਪਾਂ ਸੁੱਖ ਮੰਗਦੇ ਹਾਂ ਜਿਉਂਦੇ ਜਿਉਂਦੇ, ਤੇ ਮਰ ਕੇ ਮੰਗਾਂਗੇ ਮੁਕਤੀ। ਇੱਥੇ ਉਲਟ ਲਿਖ ਦਿੱਤਾ, ਜਿਹਦਾ ਮਨ ਗਰੀਬ ਹੋ ਗਿਆ ਉਹ ਮਹਾਰਜ ਕਹਿੰਦੇ ਜਿਉਂਦਾ ਹੀ ਮੁਕਤ ਹੈ। ਨਾਨਕ ਇਹਾਂ ਮੁਕਤ, ਉਹ ਜਿਉਂਦਾ ਹੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਜਿਹਦੇ ਮਨ ਵਿੱਚੋਂ ਮੈਂ ਨਿਕਲ ਗਈ। ਇਹਾਂ ਮੁਕਤ ਆਗੈ ਸੁਖ ਪਾਵੈ, ਅਗਲੇ ਜਹਾਨ ਵਿੱਚ ਸੁਖ ਹੀ ਸੁਖ। ਇਹ ਪੱਟਾ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਉਮੈ ਦਾ ਅਰਸ ਕੱਢਣ ਵਾਸਤੇ, ਕਿਉਂਕਿ ਜਿੱਥੇ ਹਉਮੈ ਉੱਥੇ ਬਾਣੀ ਦਾ ਵਾਸਾ ਹੀ ਨਹੀਂ ਹੋਣਾ, ਉੱਥੇ ਪਰਮੇਸ਼ਰ ਦੇ ਨਾਮ ਨੇ ਰਹਿਣਾ ਹੀ ਨਹੀਂ। ਸਭ ਤੋਂ ਪਹਿਲਾਂ ਤਨ ਹੰਤਾ, ਮਹਾਰਾਜ ਕਹਿੰਦੇ ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਟੋਰ ਕਕੀਲ ਕੋ ਗਿਆਨੀ। ਤਾਵਤ ਪਰਮਤ ਰਹਿਣ ਨਹੀਂ ਪਾਵਤ। ਸਮਝਣਾ ਪਿਆਰ ਨਾਲ, ਅਸੀਂ ਕਿੰਨਾ ਗੱਲਾਂ ਵਿੱਚ ਕਿੰਨਾ ਚੀਜ਼ਾਂ ਕੋਲ ਧੋਂਦੇ ਫਿਰਦੇ, ਕਿੰਨਾ ਵਸਤੂਆਂ ਦੀ ਪ੍ਰਾਪਤੀ ਖਾਤਰ ਨੱਠੇ ਫਿਰਦੇ, ਜੋ ਰਹਿਣ ਨਾ ਪਾਵਤ, ਜਿਹਨਾਂ ਪਦਾਰਥਾਂ ਨੇ ਰਹਿਣਾ ਨਹੀਂ। ਦੇਖੋ ਕੈਸਾ ਬਚਨ, ਤਾਵਤ ਪਰਮਤ, ਭਰਮ ਵਿੱਚ ਫਸਿਆ ਹੋਇਆ, ਹੋਮੇ ਦੇ ਭਰਮ ਨੇ ਫਸਾਇਆ ਹੋਇਆ, ਉਹਨਾਂ ਚੀਜ਼ਾਂ ਪਿੱਛੇ ਧੋਂਦਾ ਫਿਰਦਾ ਜੋ ਰਹਿਣ ਨਾ ਪਾਵਤ। ਕਈ ਤਾਂ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ, ਕਿਵੇਂ ਇਹਨੂੰ ਸ਼ਿੰਗਾਰੀਏ, ਕਿਵੇਂ ਚੰਗਾ ਕਰੀਏ। ਕਈ ਤਾਂ ਮੇਰੇ ਵਰਗੇ ਗਿਆਨੀ ਵੀ ਸੀਸਾ 6 ਵਾਰ ਦੇਖਦੇ ਆ, ਭੁਲੇਖਾ ਲੱਗ ਜਾਂਦਾ ਕਿਤੇ ਨੱਕ ਵਿਗੜਦਾ ਨਹੀਂ ਗਿਆ। ਹੇ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ, ਜੀਭ ਦੇ ਰਸ ਪਿੱਛੇ ਹੀ ਬਾਜ਼ਾਰ ਵਿੱਚ ਟੋਲਦੇ ਫਿਰਦੇ ਆ, ਤੇ ਮੱਛੀ ਕਿੱਥੇ ਬਣੀ ਮਿਲੂਗੀ? ਇਹ ਧਾਵਤ ਭਰਮਤ ਰਹਿਣ ਨਹੀਂ ਪਾਵਤ। ਕਿੰਨਾ ਕਿ ਚਿਰ ਰਹਿੰਦਾ ਜੀਭ ਦਾ ਸਵਾਦ? ਸਾਡੇ ਸਿਆਣੇ ਕਹਿੰਦੇ ਹੁੰਦੇ ਸੀ, ਲੰਘ ਗਿਆ ਘਾਟੀ ਤੇ ਹੋ ਗਿਆ ਮਾਟੀ। ਜਦ ਹੱਕ ਚੋਂ ਕੋਈ ਪਦਾਰਥ ਕਿੰਨਾ ਹੀ ਸਵਾਦਿਸ਼ਟ ਹੈ, ਘੰਟ ਤੋਂ ਹੇਠ ਲੰਘ ਗਿਆ ਤੇ ਮਿੱਟੀ ਬਣ ਗਿਆ। ਰਸਨਾ ਕਿੰਨਾ ਕੁ ਚਿਰ ਸਵਾਦ ਦੇਖ ਲਈ ਹੈ, ਬਸ ਜਿੰਨਾ ਚਿਰ ਉੱਤੇ ਪਈ ਹੈ ਚੀਜ਼ ਖੀਨ ਭੰਗਨ ਗੁਰਸਿੱਖ ਪਿਆ। ਮਹਾਰਾਜ ਕਹਿੰਦੇ ਉਹਨਾਂ ਪਦਾਰਥਾਂ ਪਿੱਛੇ ਨੱਠਿਆ ਭੱਜਿਆ ਫਿਰਦਾ, ਉਹਨਾਂ ਆਨੰਦਾਂ ਪਿੱਛੇ ਨੱਠਿਆ ਭੱਜਿਆ ਫਿਰਦਾ, ਧਾਵਤ ਭਰਮਤ ਭਰਮਦਾ ਫਿਰਦਾ, ਧੌਂਦਾ ਫਿਰਦਾ, ਨੱਠਿਆ ਜਿਹਨਾਂ ਕਿਹਨਾਂ ਪਿੱਛੇ, ਜਿਹਨਾਂ ਨੇ ਸੰਗ ਨਹੀਂ ਜਾਣਾ, ਰਹਿਣ ਨਾ ਪਾਵਤ। ਜਿਹੜੇ ਸਦਾ ਰਹਿਣ ਵਾਲੇ ਨਹੀਂ, ਉਹਨਾਂ ਦੀ ਪ੍ਰਾਪਤੀ ਵਾਸਤੇ ਦੌੜਦਾ ਹੈ। ਬਸ ਐਸਾ ਭਰਮ ਵਿੱਚ ਪਦਾਰਥਵਾਦੀ ਹੋ ਗਏ
जो परे परे तो परे जिदा अंत किसे ने पाए ही नहीं है जिस दे विच गुण ए है नाले ता परले कंडे ते भी खड़ा होवे नाले इधर भी खड़ा होवे ओ कौन है सब ते नेरे सब होते दूर ओ एक वाहिगुरु है नाले ता इन्ना दूर है कदे दिखे ही नहीं नाले बैठा विचे सब तो नेरे ओ परम दी दौड़ ने ऐसा माया दी दौड़ ने नठा दिता जिनू मिलन आया सी जिदा मिलाप जिनू लभना सी जिदे लभन खातर ज्ञान दी दौड़ करनी सी बुद्ध दी दौड़ करनी सी पहुंच करनी सी लभे ओदी गत नहीं जानी ओदी प्राप्ति दी गले नहीं कीती जोवन रूप माया मद मत ते जोवन दा जवानी दा सात संगत तारण तेज लिखे नु जोवन दे दिन लिखे ने जिमे सूरज दा दुपहरा हुंदा है तारण तेज ओ ऐसा है सर अवसर ना पछाणे चंगी माड़ी गल दा बोधे नहीं रहिंदा भले मानस ते नेक बंदे दा ते बुरे बंदे दा ख्याल ही नहीं रहिंदा किथे जाना किथे नहीं जाना केड़ा बचन बोलना केड़ा नहीं बोलना ओ जोवन तन प्रभता कै मद में देखो इतने तो शराब का नशा कहने फीम का नशा डोडिया का नशा समैक का हीरोइन का नशा है पर गुरु ग्रंथ साहब चो पढ़े नशे तीन कड़े जोवन तन प्रभता कै मद में इतने थोड़ा जा भुलेखा लग जाता पाठ प्रभता कै मद में चलिया जाता पाठ पर जोवन तन प्रभता पाठ जोवन तन प्रभता कै मद में एक जवानी का नशा है गुरमुख प्यार ये बहुत बुरा चढ़द है एक धन का नशा है जिथे माया कठी हो जाए उस सके भाई भी कुछ हो रहे समझदा नशा जो है नशा चढ़ गया तो मां कि मां दिखती है भरा कि भरा दिखता अपना घर कि घर दिखता फिर ये जवानी का नशा धन का नशा एक चौथा नशा तो बहुत बुरा है जिदे पिछे वैसी नठे भजे फिर प्रभता के लोग मेरी शोभा कर लोग हुण कहने जे ये प्रधानगी तो हट गया गुरुद्वारे का काम नहीं चलना लोग कह भी जे ग्रंथी चलिया गया मुड़ के गुरुद्वारा नहीं चलना है प्रभता सुन दे भुखे वेखो हिंदुस्तान विच की हाल है घर आई तो फिक्र कर दी है मूंगी की दाल नहीं है घर आला कहना मैं चेयरमैन बनना सतनाम घर आई पिटदी पिटदी मुंडे न्याण की स्कूल की फीस नहीं मिलती बापू फिर कहना एमएलए का टिकट लेना